ਪੰਜਾਬ ਪੁਲਿਸ ਨੇ ਤੁਹਾਡੇ ਲੱਤ ਤੇ ਕੀ ਹੋਇਆ? ਲੱਤ ਆ ਵੀ ਕਰਨਾ ਹੈ, ਉਹ ਵੀ ਕਰਨਾ ਹੈ, ਉੱਠ ਨਹੀਂ ਰਹੀ ਹੈ। ਤੁਸੀਂ ਡਾਕਟਰ ਦੇ ਕਿਉਂ ਨਹੀਂ ਜਾ ਰਹੇ ਫਿਰ? ਗੁਲਾਮੇ ਨੂੰ ਹੱਥ ਪਾ ਰਹੇ ਕਰੋ, ਸ਼ਰਮ ਕਰੋ।
ਤੇ ਤਿੰਨ ਸਾਢੇ ਤਿੰਨ ਸਾਲ ਹੋ ਗਏ ਜੀ ਸਾਨੂੰ ਰੋਜ਼ਗਾਰ ਦੀ ਮੰਗ ਕਰਦਿਆਂ ਨੂੰ, 6 ਮਹੀਨੇ ਹੋ ਗਏ ਜੀ ਸਾਨੂੰ ਸੰਗਰੂਰ ਟੈਂਕੀ 'ਤੇ ਬੈਠਿਆਂ ਨੂੰ, ਅਤੇ ਅੱਜ ਪਿਛਲੇ ਹੀ ਦਿਨਾਂ ਦੇ ਵਿੱਚ ਇਹਨਾਂ ਨੇ ਪੋਸਟਾਂ ਕੱਢੀਆਂ, 1664 ਪੋਸਟਾਂ। ਪਹਿਲਾਂ ਅਸੀਂ ਟੈਟ ਕਲੀਅਰ ਕਰਕੇ ਸਾਨੂੰ ਰੋਜ਼ਗਾਰ ਮਿਲ ਜਾਂਦਾ ਸੀ, ਅਤੇ ਹੁਣ ਇਹ ਸਰਕਾਰ ਨੇ ਜੋ ਸਿੱਖਿਆ ਸਕੱਤਰ ਇਹਨਾਂ ਦਾ ਕ੍ਰਿਸ਼ਨ ਕੁਮਾਰ ਇਹਨਾਂ ਨੇ ਬਣਾਇਆ ਹੋਇਆ ਜੀ, ਉਹਨਾਂ ਨੇ ਇੱਕ ਹੋਰ ਨਵੀਆਂ ਤੋਂ ਨਵੀਆਂ ਨੀਤੀ ਸਾਡੇ ਲਾਗੂ ਕਰ ਦਿੱਤੀ। ਹੁਣ ਪੋਸਟਾਂ ਕੱਢੀ ਤੇ ਉਹਨਾਂ ਵਿੱਚ ਕਿਸੇ ਨੇ ਅਪਲਾਈ ਕਰਿਆ ਸੀ ਤੁਹਾਡੇ ਵਿੱਚੋਂ? ਨਹੀਂ ਜੀ, ਕਿਉਂਕਿ ਇਹਨਾਂ ਨੇ ਇੱਕ ਹੋਰ ਇਹਨਾਂ ਨੇ ਪੇਪਰ ਰੱਖ ਦਿੱਤਾ ਜੀ, ਸੈਕੰਡ ਪੇਪਰ। ਪਹਿਲਾਂ ਇੱਕੋ ਹੀ ਹੁੰਦਾ ਸੀ? ਹਾਂਜੀ, ਪਹਿਲਾਂ ਇੱਕੋ ਹੀ ਸਾਡਾ ਪੇਪਰ ਹੁੰਦਾ ਸੀ। ਕਿਸ ਚੀਜ਼ ਦਾ ਪੇਪਰ? ਟੀਚਰ ਟੀਚਿੰਗ ਐਲੀਜੀਬਿਲਟੀ ਟੈਸਟ ਲਿਆ ਜਾਂਦਾ ਸੀ ਸਾਡਾ ਜੀ। ਜੀ ਅਵਿਸ਼ਾ, ਅਤੇ ਹੁਣ ਇੱਥੇ ਕੀ ਹੋਇਆ ਤੁਹਾਡੇ ਨਾਲ? ਲਾਠੀਚਾਰਜ ਹੋਇਆ ਜੀ, ਸਾਡੇ ਇੱਕ ਮੇਰੇ ਭਰਾ ਸੀ ਉਹਨਾਂ ਦੇ ਜੋ ਲੱਤ ਉਹ ਫ੍ਰੈਕਚਰ ਹੋ ਚੁੱਕੀ ਆ ਜੀ, ਸਾਡੇ ਪ੍ਰਧਾਨ ਨੇ ਜੀ ਉਹਨਾਂ ਨੂੰ ਇਹਨਾਂ ਚੁੱਕ ਕੇ ਲੈ ਗਏ ਨੇ ਜੀ, ਪੁਲਿਸ ਪ੍ਰਸ਼ਾਸਨ ਲੈ ਗਿਆ ਜੀ। ਕੋਈ ਲੜਕੀਆਂ ਨੂੰ ਵੀ ਸੱਟਾਂ ਲੱਗੀਆਂ ਜੀ? ਤੁਹਾਡੇ ਸਾਥੀਆਂ ਨੂੰ? ਹਾਂਜੀ, ਸਾਡੇ ਸਾਥੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਜੀ, ਲੇਡੀਜ਼ 'ਤੇ ਵੀ ਸੱਟਾਂ ਲੱਗੀਆਂ ਨੇ ਜੀ, ਜੈਂਟਸ ਨੇ ਜੀ, ਲੇਡੀਜ਼ ਦੇ ਸੋਟੀਆਂ ਵੀ ਪਰਾਈਆਂ ਨੇ ਜੀ, ਉਹਨਾਂ ਨਾਲ ਵੀ ਧੱਕਾ ਮੁੱਕੀ ਕੀਤੀ ਆ ਜੀ। ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ, ਅਤੇ ਅੱਜ ਖਾਸ ਕਰਕੇ ਵੂਮੈਨ ਡੇ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੁੰਦੇ? ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਜੋ ਬੇਟੀ ਬਚਾਓ ਬੇਟੀ ਪੜ੍ਹਾਓ ਆ ਜੀ, ਇਹ ਤਾਂ ਇਹਨਾਂ ਦਾ ਇੱਕ ਵੋਟ ਬੈਂਕ ਹੀ ਆ ਜੀ, ਇਹ ਤਾਂ ਅਸਲ ਵਿੱਚ ਜੋ ਸੜਕਾਂ 'ਤੇ ਪਤਾ ਚੱਲਦਾ ਕਿ ਅਸਲ ਜ਼ਿੰਦਗੀ ਵਿੱਚ ਇਸਤਰੀਆਂ ਨਾਲ ਹੋ ਕੀ ਰਿਹਾ, ਕਿ ਜੋ ਸਰਕਾਰ ਹੈ ਉਹ ਕਿਸ ਤਰ੍ਹਾਂ ਇਹਨਾਂ ਨਾਲ ਸਲੂਕ ਕਰ ਰਹੀ ਹੈ। ਤੁਹਾਡਾ ਮੰਗ ਪੱਤਰ ਵੀ ਕੋਈ ਦੇ ਰਿਹਾ ਹੁਣ ਦੁਬਾਰ ਤੋਂ ਕੋਈ? ਸਰ, ਸਾਨੂੰ 3 ਸਾਲ ਹੋ ਗਏ ਜੀ ਮੰਗ ਪੱਤਰ ਦਿੰਦਿਆਂ ਨੂੰ, 100 ਤੋਂ ਜ਼ਿਆਦਾ ਸਾਡੀਆਂ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ, ਸਾਡੀ ਕੋਈ ਵੀ ਸਾਡੀ ਮੰਗ 'ਚ ਪ੍ਰਵਾਨ ਨਹੀਂ ਹੋਈ ਜੀ। ਵੋਟਾਂ ਵੇਲੇ ਤਾਂ ਜੀ ਕਿ ਕੈਪਟਨ ਅਸੀਂ ਜਿਹੜਾ ਇਹ ਆ ਜਾਂਦਾ ਸੀ, ਰੋਜ਼ਗਾਰ ਕਰ ਰੋਜ਼ਗਾਰ ਦੇਵਾਂਗੇ ਜੀ, ਅਤੇ ਹੁਣ ਜਦੋਂ ਸਾਨੂੰ ਰੋਜ਼ਗਾਰ ਦੀ ਜ਼ਰੂਰਤ ਆ ਜੀ, ਹੁਣ ਦੇਖੋ ਜੀ ਅਸੀਂ ਸੜਕਾਂ 'ਤੇ ਰੁਲਦੇ ਫਿਰ ਰਹੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਅਗਲਾ ਸਟੈਪ ਕੀ ਹੋਏਗਾ? ਅਗਲਾ ਸਟੈਪ ਜੀ ਉਹ ਤਾਂ ਜੀ ਤੁਹਾਨੂੰ ਦੇਖ ਕੇ ਪਤਾ ਚੱਲੇਗਾ ਕਿ ਅਸੀਂ ਕਰ ਕੀ ਰਹੇ ਹਾਂ ਜੀ, ਹੁਣ ਅਸੀਂ ਬੱਸ ਤੋਂ ਬਾਹਰ ਆ ਗਏ। ਸਰਨਾ ਜੀ ਕਰ ਲਿਆ, ਮੈਂ ਕਰ ਲਿਆ ਮੈਂ ਸਾਰੇ ਕਰ ਲਿਆ।